अकल कम कर दी आ लेकिन आ जेड़ा मेरा बकाया बिल आ मैं तुहानू ओही समझाना चाहना आ दस चार नू गए मुंडे लैके इहदे पैसे लिखे लेने आ मुंडिया ने बिल नहीं दिता मैनू तुहानू मैं दस दिता फोन ते आ गया। अच्छा उस तो बाद तुहानू मैं कॉल मारी भी उस्ताद जी 11000 एक 11120 एक मिनट ये भी तुहाडे को मैं लेने आ बिल जमा कर लो थे कहने मुताबिक यानी के 3500 आ गया इतना ही हुई ना 30500 आ गया मेरे 30500 ये फुटी भैन जी ने 30500 एदे विचो कट के बकाया किन्ने बनदे मेरे एदे विचो 30500 कट 30000 लेख 30500 लेख ते 500 नगद लेख ला 31000 लेख ला 31000 ये बनदा 11000 रुपया अपना कट दे विचो ते 20000 तेरा ला गया फिर जिधर मर्जी कन्न फड़ ला तेरे लक जी होना ओ यार अच्छा मेरी नहीं समझ नहीं यार काम कीता फैसलाबाद गया शॉपिंग करन मैं तेनू याद करा दना गया सही अच्छा तू मेनू कॉल मारी तू पैसे मैं कहता तेरे अकाउंट च कल दे पैसे लगे तू ते अच्छा मेनू दस दे मैं कहता तेनू व्हाट्सएप कीती हुई है ठीक है तू अगले दिन ही शाम नू चेक कीती तू ठीक है आया हो दे गया 11120 ये कटने आ 126 किलो दे ये कटने ਇਦਾਂ ਹੀ ਆ ਨਾ 126 ਕਿਲੋ 35 ਤੁਹਾਡਾ ਆਇਆ ਜੀ 30500 ਮੇਰੇ ਆ ਅਸੀਂ 20 ਕਿਨੇ ਆ ਤੇਰਾ ਭਾਈ ਅਸੀਂ ਪਿਛਲਾ ਤੇਰਾ ਬਿੱਲ ਤੁਸੀਂ ਮੇਰੀ ਗੱਲ ਨਹੀਂ ਸਮਝਾਈ ਆ ਉਸਤਾਦ ਜੀ ਉਹ 10500 ਵੀ ਪਾ ਲਿਆ ਤੁਹਾਡਾ ਮੈਂ ਪਾ ਲਿਆ ਜੀ ਪਾ ਲਿਆ 20 ਬਾਅਦ ਚ ਭੇਜ ਦਿੱਤਾ 30 ਹੋ ਗਿਆ 30500 ਹੋ ਗਿਆ ਅੱਛਾ 30 ਲੱਲੇ ਆ ਕੱਤੀ ਹੋ ਉਹ ਤੇ ਕਿਹੜੀ ਉਹ ਤਾਂ ਆ ਦੇਖਣਾ ਯਾਰ ਮੈਂ ਆ ਬਕਾਇਆ ਕਰਕੇ ਲਿਖਿਆ ਨਾ ਇੱਥੇ ਤੁਹਾਡਾ ਠੀਕ ਆ ਨਾ ਇਦਾਂ ਹੀ ਆ ਨਾ
टोटल मेरे वाल आया 10,501 ठीक है 10,000 फिर ऐसा ही अच्छा 10 फिर ठीक हो गया ਇਹ ਆ ਗਿਆ ਜੀ 30,500 ਮੇਰੇ ਵਾਲਾ ਆ ਗਿਆ ਉਹ ਭਾਜੀ ਉਹ ਥੋੜਾ ਦਿੱਤਾ ਨਹੀਂ ਉਹ ਰੱਖਿਆ ਤੈਨੂੰ ਕਹਿੰਦਾ ਦੇ ਤੈਨੂੰ ਉਧਾਰ ਦਿੰਦੇ ਨੇ ਯਾਰ ਇੱਕ ਅੱਜ ਮੈਂ ਤੈਨੂੰ 1,000 ਉੱਤੇ ਵਾਪਸ ਕਰ ਦਿੱਤਾ 500 ਤੈਨੂੰ ਦੇ ਦਿੱਤਾ ਫਿਰ ਅਸੀਂ ਆ 500 ਨੂੰ ਪੋਣਾ ਨਹੀਂ ਵਿੱਚ ਇਹਦੇ 11,690 ਜੀ ਅੱਜ ਤਰੀਕ ਮੈਨੂੰ ਲਿਖ ਲੈਂਦੇ ਇੱਕ 19 ਅੱਜ 19 18 ਭਾਈ 95 अगे बड़ा परेशान है तू 212 अच्छा डेक्स बोर्ड है 70 किलो लिफाफा 7 किलो रद्दी 100 ਆ ਠੀਕ ਹੈ ਪੈਸੇ ਲੈ ਲੈ ਚੰਨ ਮੈਂ 4 ਰੁਪਏ ਦੇ ਪੇਟੀ ਦੇ ਥੱਲੇ ਮਾਰ ਦੇ ਕਾੜੇ ਕੋੜੇ ਸਾਡੀ ਉਹਨੂੰ ਰੋਕ ਕੇ ਆ ਪਤਾ ਨਹੀਂ ਯਾਰ ਮੈਂ ਆ ਨਹੀਂ ਦੇ ਯਾਰ 10,000 ਦੀ ਸਮਝ ਨਹੀਂ ਆਉਂਦੀ ਕਿੱਧਰ ਗਿਆ ਕਿੱਥੇ ਸਿੱਟਦਾ ਸਿੱਟਿਆ ਨਹੀਂ ਨੇ ਕਿਤੇ ਸਾਰ ਸ਼ਾਪਿੰਗ ਕਰਦੇ ਸ਼ਾਪਿੰਗ ਤਾਂ ਪੈਸੇ ਤੇ ਬਹੁਤ ਕਰਨ ਜਾਂਦਾ ਹਾਂ ਉਹ ਵੀ ਘਟਾਤਾ ਦੇ 9500 ਕਹਿੰਦਾ ਦੇਤਾ 9500 ਤੇਰੇ ਖਾਤੇ ਪੈ ਗਿਆ ਸ਼ੋਪ ਤੇ ਰਾਤ ਨੂੰ ਛੁੱਟਦੀ ਤੈਨੂੰ ਕਿਹੜਾ ਮੈਂ ਬੰਨ ਲਿਆ ਵੀ ਕਿਉਂ ਇਹ ਕਿਹੜਾ ਜਿਹੜਾ ਜਾਣ ਲਈ ਹਾਂ 15,300 ਰੁਪਇਆ ਦੇਣਾ ਇਹ ਦੇ ਵਿੱਚ ਨਹੀਂ ਕੌਣ ਚ ਤਾਂ ਪੈਸੇ ਹੈਗੇ ਆ ਇੰਨੇ ਕਿਤੇ ਹੈਗੇ ਆ ਪਰ ਜਾ ਨਹੀਂ ਰਹੇ ਇਹਨੂੰ ਜਿਮਣ ਪੂਰੀ ਹੋਈ ਆ ਦੁਕਾਨ ਕਰਵਾਉਣੇ ਪੈਣੇ यार 30,000 रुपया यार की कितना आ गया डीसी ये तेरी बदे सी अपने वाले मेरे ही बदे सी जब भी हिसाब करते सी ते हुन भी ये नहीं बदे हां नहीं वो ते वो नहीं बदे सी भैन जो मैं दा मेरे शान आई है हां बस ਜਾ ਬੈਂਕ ਜੇ ਕਿਹੜਾ ਗੱਡਿਆ ਬੰਦ ਹੋ ਜਾਣੀ ਬੈਂਕ ਵੀ ਇੰਨੀ ਰੋਟੀ ਮੰਗਵਾਈਏ ਪੁੱਤ ਹਾਂ 5 ਮਿੰਟ ਲੱਗਣੇ ਕੁਝ ਨਹੀਂ ਨਾ ਆਇਆ ਜਾਂ ਹੋ ਸਕਦਾ ਮੇਰੇ ਕੋ ਤੇਰੀ ਵੀਡੀਓ ਬੜੀ ਆ ਰਹੀ ਆ ਹਾਂ ਕੋਈ ਨਹੀਂ ਲੈਣੀ ਤਾਂ ਬਣਾਉਂਦਾ ਬਣਾਈ ਆ ਸਾ YouTube ਤੇ ਧਮਾਲ ਪਾ ਲੈਣੀ ਤੇਰੀ ਵੀਡੀਓ ਨੇ ਹਾਂ ਹਾਂ ਜੀ ਆ ਵਿੱਚ ਤੇਰੀਆਂ ਤਸਵੀਰਾਂ ਠੀਕ ਆ ਜੀ ਉਸਤਾਦ ਜੀ ਤਾਇਆ ਵੀ ਤੁਰੂਗਾ ਵਿੱਚ ਹੀ ਹਾਂ 10,000 ਇਹ ਤੇ ਨਹੀਂ ਲਈ ਤਾਇਆ ਨੇ ਆਹੋ ਰੋਟੀ ਲੈ ਕੇ ਆ ਜਲਦੀ ਨਿਕਲ ਜਾਈਏ ਯਾਰ ਟਾਈਮ ਨਾ ਨਵੇੜਾ ਕਰੀਏ ਕਿਸੇ ਪਾਸੇ ਦਾ।